ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ, ਅੱਜ ਤੁਹਾਡਾ ਬਹੁਤ ਬਹੁਤ ਸਵਾਗਤ। ਤੇ ਅੱਜ 17 ਮਈ 2023 ਤੇ ਸਵੇਰ ਦੇ ਕੋਈ 8:42-43 ਮੈਂ ਉਸ ਸਕੂਲ ਦਾ ਨਾਮ ਹਲੇ ਤੁਹਾਨੂੰ ਨਹੀਂ ਦੱਸਣਾ ਜਿਸ ਸਕੂਲ ਚ ਮੈਂ ਹਲੇ ਆਇਆ। ਮੈਂ ਸਿਰਫ ਤੁਹਾਨੂੰ ਇਹ ਦਿਖਾ ਰਿਹਾ ਕਿ ਇਹ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈ, ਹਨਾ, ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਅਦਰ ਐਕਟੀਵਿਟੀਜ਼, ਸਪੋਰਟਸ, ਕਿਉਂਕਿ ਕੱਲਾ ਅਸੀਂ ਉਹੀ ਗੱਲ ਹੈ ਨਾ ਵੀ ਇੱਕ ਕਿਤਾਬੀ ਗਿਆਨ ਨਹੀਂ ਦੇਣਾ ਬੱਚਿਆਂ ਨੂੰ, ਆਪਾਂ ਇਹ ਵੀ ਦੇਖਣਾ ਕਿ ਬੱਚੇ ਯਾਰ ਉਹਨਾਂ ਨੂੰ ਗੇਮ ਦੇ ਵਿੱਚ ਵੀ ਜਿਹਨਾਂ ਦਾ ਇੰਟਰਸਟ ਹੈ ਜਾਂ ਹੁਣ ਆਹ ਦੇਖੋ ਆਹ ਬੱਚੀ ਪੂਰੀ ਕੋਸ਼ਿਸ਼ ਕਰੀ, ਕਰੋ ਬੇਟਾ ਕਰੋ ਕਰੋ ਕਰੋ, ਆਹ ਦੇਖੋ ਹਨਾ, ਇਹ ਹੌਲੀ ਹੌਲੀ ਏਦਾਂ ਕੋਸ਼ਿਸ਼ ਕਰਨਗੇ ਤਾਂ ਬੱਚੇ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ। ਜਿਵੇਂ ਆਹ ਦੇਖੋ ਇਹ ਸਾਰਾ ਇਹ ਬੱਚੇ, ਆਹ ਦੇਖੋ ਉਹ ਬੱਚੇ ਉਧਰ ਦੇਖੋ ਤੁਸੀਂ ਹਨਾ, ਸਵੇਰੇ ਸਵੇਰੇ ਪੂਰਾ ਐਨ ਧਿਆਨ ਲਾ ਰਹੇ। ਹੈਲੋ ਬੇਟਾ, ਗੁਡ ਮਾਰਨਿੰਗ ਸਰ। ਗੁਡ ਮਾਰਨਿੰਗ, ਕਿਆ ਨਾਮ ਹੈ? ਵੰਸ਼। ਵੰਸ਼, ਗੁਡ। ਆਪਕਾ ਬੇਟਾ? ਸ਼ੌਲੀਅਤ ਟੁਮਾਲ। ਸ਼ੌਲੀਅਤ ਟੁਮਾਲ, ਸ਼ੌਲੀਅਤ ਟੁਮਾਲ, ਅਗੇਨ ਸ਼ੌਲੀਅਤ ਟੁਮਾਲ। ਮੈਨੂੰ ਯਾਰ ਪਤਾ ਹੀ ਨਹੀਂ ਲੱਗਿਆ ਨਾਮ ਕੀ ਕਿਹਾ ਜਾ ਰਿਹਾ। ਸ਼ੌਰਯ ਕੁਮਾਰ ਸਰ। ਹਾਂ, ਸ਼ੌਰਯ ਕੁਮਾਰ, ਇਹ ਅੱਛੀ ਗੱਲ ਹੈ ਜੀ। ਆਹ ਦੇਖੋ ਆਹ ਬੱਚਿਆਂ ਨੂੰ ਇਹ ਸਾਰਾ ਬਾਲ ਦੇ ਨਾਲ ਖੇਡਣਾ, ਹੋਲਾ ਹੋਪ, ਲਓ ਬੇਟਾ ਕਰੋ ਕੈਚ, ਏ ਓ ਗੁੱਡ। ਵੰਸ ਅਗੇਨ, ਮੈਨੂੰ ਦਿਓ ਇੱਕ ਵਾਰੀ ਫਿਰ, ਏ ਮੈਂ ਫਿਰ ਦੇਵਾਂ ਤੁਹਾਨੂੰ ਦੇਵਾਂ, ਚਲੋ। ਇਹ ਇਹ ਨਾ ਇਹ ਬੱਚਿਆਂ ਨੂੰ ਤੁਸੀਂ ਦੇਖੋ ਪੂਰਾ, ਇਹ ਮੈਡਮ ਹੋਣੀ ਦੇਖ ਰਹੇ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਕਰਵਾ ਰਹੇ ਫਿਲਹਾਲ ਸਰ? ਸਰਕਲ, ਮੇਕ ਸਰਕਲ ਬਣਾ ਕੇ ਬੱਚੇ ਇਸ ਤਰ੍ਹਾਂ ਪਾਸ ਕਰਦੇ ਆ ਬਾਲ, ਐਂਡ ਹੁਲਾ ਹੁਪਸ ਕਰਵਾ ਰਹੇ ਆ, ਕੁਛ ਬੱਚੇ ਇਧਰ ਆਪਣੇ ਰੇਸਿੰਗ ਵਗੈਰਾ ਵੀ ਕਰਦੇ ਨੇ, ਤੇ ਸਾਰੀਆਂ ਐਕਟੀਵਿਟੀਜ਼ ਅਸੀਂ ਇਹਨਾਂ ਨੂੰ ਕਰਵਾਉਂਦੇ ਆ ਵਨ ਬਾਈ ਵਨ। ਬਿਲਕੁਲ, ਮੈਂ ਤੁਹਾਨੂੰ ਉਹ ਵੀ ਦਿਖਾਣਾ। ਥੈਂਕ ਯੂ ਮੈਡਮ, ਤੁਸੀਂ ਕਰਦੇ ਰਹੋ ਕਿਉਂਕਿ ਕਿਤਾਬੀ ਗਿਆਨ ਦੇਣਾ ਅਸੀਂ, ਮੈਂ ਐਵੇਂ ਤੁਹਾਨੂੰ ਕਹਿ ਦਿਆਂ, ਸਿੱਕਲੀਵ ਦੀ ਅਰਜੀ ਉਹ ਸਾਰੀ ਉਮਰ ਉਹ ਦੱਸਦੇ ਰਹੇ ਤੇ ਅੱਜ ਤੱਕ ਕੰਮ ਨਹੀਂ ਆਈ। ਕੰਮ ਕੀ ਆਇਆ? ਜਿਹੜਾ ਮੇਰੇ ਵਿੱਚ ਮੇਰਾ ਟੈਲੈਂਟ ਸੀ, ਉਹ ਟੈਲੈਂਟ ਪਛਾਣਨ ਦੀ ਜਿਹੜੀ ਗੱਲ ਹੈ ਨਾ ਉਹ ਹੁੰਦੀ ਹੈ ਨਾ। ਜਿਵੇਂ ਮੈਡਮ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਆਰ ਸਕੂਲ ਸਰ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਮੈਡਮ, ਮੈਂ ਤਾਂ ਹੀ ਆਇਆ ਸੀਗਾ, ਮੈਂ ਕਿਹਾ ਤੁਹਾਡੇ ਸਕੂਲ ਦੀਆਂ ਬੜੀਆਂ ਐਕਟੀਵਿਟੀਜ਼ ਹੋ ਰਹੀਆਂ ਤੇ ਮੈਂ ਦਿਖਾ ਦਿਆਂ ਵੀ ਬੱਚਿਆਂ ਨੂੰ। ਆਹ ਦੇਖੋ ਤੁਸੀਂ ਅੱਜ ਸਵੇਰੇ ਸਵੇਰੇ ਹੈ ਨਾ, ਬੈਲੈਂਸ ਇਨ ਦ ਮਾਇੰਡ ਐਂਡ ਬੋਡੀ ਐਂਡ ਸੋਲ। ਮੈਂ ਤੁਹਾਨੂੰ ਦਿਖਾ ਦਿਆਂ, ਆਹ ਦੇਖੋ ਆਹ ਬੱਚੇ, ਛੋਟੇ ਛੋਟੇ ਬੱਚੇ ਹੁਣੀ ਉਹਨਾਂ ਨੂੰ ਕੁਛ ਇੰਸਟਰਕਸ਼ਨਸ ਦੇ ਰਹੇ ਆ, ਮੈਨੂੰ ਲੱਗ ਰਿਹਾ ਸੀ। ਮੈਡਮ ਸਤਿ ਸ਼੍ਰੀ ਅਕਾਲ ਜੀ। ਕੀ ਕਰਵਾ ਰਹੇ ਸਰ? ਚੇਅਰ ਰੇਸ ਕਰਵਾ ਰਹੇ ਹੈ, ਚੇਅਰ ਰੇਸ ਕਰਵਾ ਰਹੇ ਨਰਸਰੀ ਕਲਾਸ ਕੋ। ਇਹ ਕਿਸ ਤਰ੍ਹਾਂ ਹੁੰਦੀ ਹੈ? ਬਸ ਬੱਚੋ ਕੋ ਨਾ ਵਿਦ ਚੇਅਰ ਰੇਸ ਲਗਾਨੀ ਹੈ, ਚੇਅਰ ਕੋ ਲੈ ਕੇ ਵਿਦ ਚੇਅਰ ਪਕੜ ਕੇ ਔਰ ਉਹਨੂੰ ਵਹਾਂ ਤੱਕ ਰੇਸ ਲਗਾਨੀ ਹੈ। ਆਪਾਂ ਦੇਖ ਸਕਦੇ ਹਾਂ? ਹਾਂਜੀ ਬਿਲਕੁਲ ਸਰ। ਕੀ ਬਾਤ ਹੈ! ਅੱਛਾ, ਇਹ ਨਾ ਕਰੀਏ ਆਪਾਂ ਸਟਾਰਟ ਕਰੀਏ, ਕਿੱਦਾਂ ਕਰਦੇ ਆਪਾਂ? ਸਾਈਡ ਤੇ ਹੋ ਜਾਈਏ ਅਸੀਂ। ਹਾਂਜੀ, ਇਹ ਚੇਅਰ ਰੇਸ ਹੈ ਛੋਟੇ ਬੱਚਿਆਂ ਨੂੰ, ਦੇਖੋ 1, 2, 3, 4, 5 ਇਹ। ਅੱਛਾ, ਇਹ ਦੇਖੀ ਕਿਸ ਤਰੀਕੇ ਨਾਲ ਇਹ ਬੱਚੇ ਕਰਦੇ ਹੈ ਨਾ, ਇਹ ਚੇਅਰ ਰੇਸ ਹੈ। ਛੋਟੇ ਛੋਟੇ ਬੱਚੇ ਵਿਦ ਚੇਅਰ, ਵਿਦ ਚੇਅਰ, ਵਿਦ ਚੇਅਰ, ਗੁੱਡ 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 ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਅੱਛਾ, ਫਿਰ ਕਮ ਬੈਕ, ਗੁੱਡ 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 ਗੁੱਡ। ਦੇਖਿਆ ਇਹ ਇਹ ਬੱਚਿਆਂ ਨੂੰ, ਕਿਆ ਬਾਤ, ਕਿਆ ਬਾਤ, ਵੈਰੀ ਗੁੱਡ। ਆਹ ਦੇਖੋ, ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਆਜੋ 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 ਆਜੋ, ਭਾਗ ਕੇ ਭਾਗ ਕੇ ਭਾਗ ਕੇ ਭਾਗ ਕੇ, ਕਮ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਦੇਖੋ ਇਹ ਛੋਟੇ ਛੋਟੇ ਬੱਚੇ ਜਿਹੜੇ ਹੈ ਨਾ। ਅੱਛਾ, ਹੁਣ ਉਹਨੂੰ ਇਹ ਹੈ ਵੀ ਮੇਰੀ ਯਾਰ ਇੱਥੇ ਸੀਟ ਸੀ, ਮੈਂ ਚੇਅਰ ਆਪਣੀ ਉੱਥੇ ਹੀ ਲਾਣੀ ਹੈ, ਹਨਾ, ਹੁੰਦਾ ਨਾ ਇਹ। ਇਹ ਦੇਖੋ ਇਹ ਗੱਲ, ਇਹ ਬੱਚਿਆਂ ਦੀ ਸਪੋਰਟਸ ਵਾਲੇ ਜਿਹੜਾ ਹੈ ਨਾ, ਆਹ ਦੇਖੋ ਉਧਰ ਵੀ ਦੇਖ ਲਓ ਤੁਸੀਂ,
ਇਹ ਸਾਰੇ ਬੱਚਿਆਂ ਦਾ ਧਿਆਨ ਹੈ ਜਿਹੜਾ ਉਹ ਦਿੱਤਾ ਜਾ ਰਿਹਾ। ਅੱਛਾ ਕਲੈਪਿੰਗ, ਗੁੱਡ, ਕਲੈਪਿੰਗ ਕਰ ਦੋ ਬੇਟਾ, ਕਲੈਪਿੰਗ ਕਰ ਦੋ, ਕਲੈਪ ਕਰ ਦੋ। ਕੀ ਨਾਮ ਹੈ ਬੇਟਾ ਆਪਕਾ? ਸਾਕਸ਼ੀ ਗਿੱਲਿਆਲ। ਹਾਂ ਸਾਕਸ਼ੀ ਗਿੱਲਿਆਲ। ਅੱਛਾ ਸਾਕਸ਼ੀ, ਅੱਛਾ ਬਾਤ ਸੁਣੋ, ਅੰਕਲ ਕੀ ਬਾਤ ਸੁਣੋ, ਖੜੇ ਹੋ ਜਾਓ, ਪਲੀਜ਼ ਸਟੈਂਡ ਅਪ, ਸਟੈਂਡ ਹੇਅਰ, ਗੁੱਡ। ਅੱਛਾ ਇਹ ਰੇਸ ਕੀ ਥੀ, ਅੱਛਾ ਲਗਾ? ਕਿਤਨਾ ਕਿਤਨਾ ਅੱਛਾ ਲਗਾ? ਇਤਨਾ ਅੱਛਾ, ਅੱਛਾ ਲਗਾ? ਆਪਕੋ ਯੇ ਰੇਸ ਕਰਕੇ ਅੱਛਾ ਲਗਤਾ ਹੈ? ਕਿਤਨਾ ਛੋਟੇ ਛੋਟੇ ਕਿੰਨੇ ਕਿਊਟ ਬੱਚੇ ਨੇ ਦੇਖਿਓ। ਬੇਟਾ ਜੀ ਆਪਕਾ ਨਾਮ ਕਿਆ ਹੈ? ਗੀਲ। ਅੱਛਾ ਆਪਨੇ ਯੇ ਰੇਸ ਲੀ ਹੈ ਨਾ, ਕੀ ਥੀ ਨਾ ਰੇਸ, ਅੱਛਾ ਲਗਾ? ਕਿਤਨਾ ਜਿਉਂਦੇ ਰਹੋ ਪੁੱਤਰ ਜੀ, ਬੱਚੇ ਸ਼ਰਮਾ ਜਾਂਦੇ ਨੇ ਨਾ ਮਾਈਕ ਦੇ ਅੱਗੇ। ਪਰ ਮੈਂ ਤੁਹਾਨੂੰ ਕੀ ਦਿਖਾਣਾ, ਮੈਂ ਤੁਹਾਨੂੰ ਦਿਖਾ ਰਿਹਾ ਵੀ ਇਹ ਉਹ ਸਕੂਲ ਹੈ ਬਠਿੰਡੇ ਦੇ ਵਿੱਚ ਜਿੱਥੇ ਇਹ ਐਕਟੀਵਿਟੀਜ਼ ਹੈ ਜਿਹੜੀਆਂ ਬੱਚਿਆਂ ਨੂੰ। ਮੈਡਮ ਡੇਲੀ ਕਰਵਾਉਂਦੇ ਹੋ? ਯੈਸ ਯੈਸ, ਡੇਲੀ ਗੇਮਸ ਹੋਤੇ ਹੈ ਡੇਲੀ ਬੱਚੋਂ ਕੋ ਨਾ, ਸੁਬਹ ਮਾਰਨਿੰਗ ਥੋੜਾ ਸਾ ਵਾਰਮ ਅਪ ਸੈਸ਼ਨਸ ਹੋ ਜਾਤੇ ਹੈ, ਸੋ ਦੈਟ ਦੇ ਕੈਨ ਬਿਲਡ ਦੇਅਰ ਬਾਡੀ ਐਂਡ ਮੈਂਟਲੀ ਥੋੜਾ ਸਟਰੋਂਗ ਹੋ ਜਾਏ। ਐਂਡ ਸੋ ਵੀ ਹੈਵ ਬੱਸ ਫੈਸਿਲਿਟੀ ਓਵਰ ਦੇਅਰ, ਵੀ ਕੈਨ ਗੋ ਫਾਰ ਦੈਟ। ਨਹੀਂ ਹਲੇ ਨਹੀਂ ਜੀ, ਬੱਸ ਨੇ ਫਿਰ ਨਾਮ ਆ ਜਾਣਾ ਤੁਹਾਡੇ ਸਕੂਲ ਦਾ। ਮੈਂ ਇਹ ਇੱਕ ਸਸਪੈਂਸ ਰੱਖਣਾ, ਮੈਨੂੰ ਇੱਕ ਵਾਰੀ ਬਿਲਕੁਲ, ਮੈਨੂੰ ਤੁਸੀਂ ਪਹਿਲਾਂ ਯੋਗਾ ਦਿਖਾਓ ਕਿੱਥੇ ਹੋ ਰਿਹਾ। ਮੈਂ ਜਿਹੜਾ ਸਸਪੈਂਸ ਰੱਖਣਾ ਚਾਹੁੰਦਾ, ਸਕੂਲ ਦਾ ਨਾਮ ਨਹੀਂ ਹਲੇ ਦੱਸਣਾ, ਲਾਸਟ ਦੇ ਵਿੱਚ ਇਹ ਆਪਾਂ ਸਿਰਫ ਫਿਲਹਾਲ ਜਿਹੜੀਆਂ ਤੁਹਾਡੀਆਂ ਐਕਟੀਵਿਟੀਜ਼ ਜਿਹੜੀਆਂ ਬੱਚਿਆਂ ਨੂੰ ਕਰਵਾਉਂਦੇ ਹੋ ਨਾ, ਯੋਗਾ ਕਿੱਧਰ, ਵਾਓ ਕਿਆ ਬਾਤ, ਕਿਆ। ਦਿਸ ਇਜ਼ ਅ ਯੋਗਾ ਕਲਾਸ ਐਂਡ ਦਿ ਸਟੂਡੈਂਟਸ ਆਰ ਡੂਇੰਗ ਯੋਗਾ ਓਵਰ ਦੇਅਰ, ਦੇ ਆਰ ਇੰਜੋਇੰਗ ਦੇਅਰ ਮਾਰਨਿੰਗ ਸ਼ਡਿਊਲ, ਪਲੇਇੰਗ ਐਂਡ ਪ੍ਰੇਇੰਗ ਗੋਡ, ਬੋਥ ਦ ਐਕਟੀਵਿਟੀਜ਼ ਆਰ ਗੋਇੰਗ ਔਨ ਪੈਰਲਲੀ, ਯੂ ਕੈਨ ਸੀ। ਬਿਲਕੁਲ, ਦੇਖੋ ਜੀ ਆਪਾਂ ਛੋਟੇ ਛੋਟੇ ਬੱਚੇ ਨੇ, ਇਹ ਇੱਥੇ ਯੋਗਾ ਸਵੇਰੇ ਸਵੇਰੇ ਜਿਹੜਾ ਇਹ ਹੁੰਦਾ, ਔਰ ਗੁੱਡ, ਬਹੁਤ ਅੱਛੀ ਗੱਲ ਹੈ ਜੀ। ਇਹ ਬਠਿੰਡੇ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਐਕਟੀਵਿਟੀਜ਼ ਆਪਾਂ ਦੇਖ ਰਹੇ ਇਹਨਾਂ ਦੀਆਂ, ਹੈ ਨਾ, ਅਲੱਗ ਅਲੱਗ ਐਕਟੀਵਿਟੀਜ਼ ਡੇਲੀ। ਇਹ ਮੈਡਮ ਤੁਸੀਂ ਇਹ ਸਾਰੀਆਂ ਐਕਟੀਵਿਟੀਜ਼ ਡੇਲੀ? ਸਾਰੀ ਐਕਟੀਵਿਟੀਜ਼ ਤਾਂ ਡੇਲੀ ਹੁੰਦੀ ਹੈ, ਅਲੱਗ ਅਲੱਗ ਕਲਾਸਿਸ ਕੀ ਅਲੱਗ ਅਲੱਗ ਪੀਰੀਅਡ ਐਲੋਕੇਟ ਕੀਏ ਗਏ ਫਾਰ ਯੋਗਾ, ਸਾਰੀ ਐਕਟੀਵਿਟੀਜ਼ ਹਮ ਡੇਲੀ ਕਰਾਤੇ ਹੈ। ਜਿਹੜੀ ਤੁਸੀਂ ਇਹ ਗੱਲ ਕੀਤੀ ਵੀ ਸਕੇਟਿੰਗ, ਸਕੇਟਿੰਗ ਵੀ ਕਰਵਾਉਂਦੇ ਹੋ? ਸਕੇਟਿੰਗ ਵੀ ਕਰਾਤੇ ਹੈ ਡੇਲੀ, ਉਨਕੇ ਗੇਮਸ ਕੇ ਅਲੱਗ ਹੋਤੇ ਹੈ, ਸਕੇਟਿੰਗ ਜਿਹੜੇ ਨੇ ਐਕਟੀਵਿਟੀ ਉਹਨਾਂ ਦੀ ਚੱਲ ਰਹੀ ਹੈ। ਔਰ ਆਪਾਂ ਇੱਧਰ ਆਏ ਆ, ਆਪਾਂ ਇਹਨਾਂ ਦਾ ਇਹ ਦੇਖਣਾ ਸਕੇਟਿੰਗ ਕਿੱਧਰਲੇ ਪਾਸੇ, ਇਹ ਬੱਚੇ ਜਿਹੜੇ ਨੇ, ਅੱਛਾ ਇਹ ਬੱਚੇ ਤਿਆਰ ਬੈਠੇ ਮੈਡਮ? ਇਹ ਸਾਰੀ ਕਲਾਸਿਸ ਕੇ ਹੈ, ਫਸਟ ਕਲਾਸ ਸੇ ਸਟਾਰਟ ਹੋ ਜਾਤੀ ਹੈ ਸਕੇਟਿੰਗ, ਛੋਟੇ ਬੱਚੋਂ ਕੋ ਵੀ ਕਰਵਾਤੇ ਹੈ 4th 5th ਕਲਾਸ ਤੱਕ। ਮੈਮ ਕਰਵਾਉਂਦੇ ਨੇ? ਮੈਮ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਸਰ ਕੁਲਵੀਰ। ਕੀ ਕਲਾਸ ਦੇ ਬੱਚੇ? ਸਰ ਫਸਟ ਟੂ 5th ਕਲਾਸ ਕੇ ਹੈ ਸਰ। ਡੇਲੀ? ਯੈਸ ਸਰ, 1 ਵੀਕ ਮੇ 2 ਟਾਈਮ ਹੋਤੀ ਹੈ। ਟਵਾਈਸ ਇਨ ਅ ਵੀਕ? ਯੈਸ ਯੈਸ ਸਰ। ਓਕੇ, ਟਵਾਈਸ ਇਨ ਅ ਵੀਕ, ਜਿਸ ਤਰ੍ਹਾਂ ਮੈਡਮ ਨੇ ਗੱਲ ਦੱਸੀ ਹੈ ਨਾ, ਇਹ ਬੱਚੇ ਨੇ ਸਕੇਟਿੰਗ, ਆਪਾਂ ਦੇਖੀਏ ਇਹਨਾਂ ਦਾ ਹੁਨਰ ਵੀ। ਆ ਜਾਓ ਬੇਟਾ, ਹਮ ਵੀ ਕੁਝ ਸਿੱਖ ਲਏ ਆਪਸੇ, ਛੋਟੇ ਛੋਟੇ ਬੱਚੇ, ਠੀਕ ਹੈ? ਮੈਂ ਬਿਲਕੁਲ, ਆ ਦੇਖੋ ਆ ਪੂਰਾ ਬੱਚੇ, ਛੋਟੇ ਛੋਟੇ ਬੱਚੇ ਨੇ ਜੀ। ਇਹ ਇਹਨਾਂ ਨੂੰ ਆਪਾਂ ਮੈਡਮ ਕਿੰਨੀ ਟਾਈਮਿੰਗ ਕਿੰਨੀ ਦਿੰਦੇ ਹਾਂ ਡੇਲੀ? ਸਰ ਟਾਈਮਿੰਗ 40, ਡੇਲੀ 40 ਮਿੰਟ? ਯੈਸ ਸਰ। ਦੇਖੋ ਜੀ, ਇਹ 40 ਮਿੰਟ ਡੇਲੀ ਇਹ ਬੱਚਿਆਂ ਨੂੰ ਸਕੇਟਿੰਗ ਜਿਹੜੀ ਹੈ ਬੱਚੇ ਨੇ। ਤੇ ਹੁਣ ਜੀ ਆ ਛੋਟੇ ਛੋਟੇ ਬੱਚੇ ਵੀ ਦੇਖੇ, ਤਾਂ ਨਾਮ ਮੈਂ ਤੁਹਾਨੂੰ ਡਿਸਕਲੋਜ਼ ਕਰ ਦੇਣਾ, ਇਹ ਨਾਮ ਮੈਡਮ ਚਲੋ ਤੁਸੀਂ ਦੱਸ ਦਿਓ ਜੀ। ਸਕੂਲ ਦਾ ਨਾਮ? ਸੈਨ ਕਬੀਰ ਸੀਨੀਅਰ ਸੈਕੰਡਰੀ ਕਨਵੈਂਟ ਸਕੂਲ। ਇਹਦਾ ਐਡਰੈਸ ਵੀ ਦੱਸ ਦਿਓ ਜੀ। ਜੂਨੀਅਰ ਵਿੰਗ, ਮਾਡਲ ਟਾਊਨ, ਫੇਸ 3। ਲੱਗ ਗਿਆ ਪਤਾ, ਇਹ ਮੈਂ ਤੁਹਾਨੂੰ ਇੱਕ ਦਿਖਾਇਆ ਸੀ, ਇਹਨਾਂ ਦਾ ਸਕੂਲ ਸੀ ਜਿਹੜਾ ਪ੍ਰਤਾਪ ਨਗਰ ਦੇ ਵਿੱਚ ਸੀ, ਹੈ ਨਾ, ਇੱਕ ਉਹ ਸਕੂਲ ਸੀ, ਇੱਕ ਆਹ ਸਕੂਲ ਹੈ। ਦੇਖੋ ਤੁਸੀਂ ਬੱਚੇ, ਹਨਾ, ਇਹਨਾਂ ਦਾ ਰਾਊਂਡ ਖਤਮ ਹੋ ਗਿਆ, ਉਹ ਬੱਚੇ ਜਿਹੜੇ ਸੀ ਮੋਟਰ ਸਕਿੱਲਸ ਕੇ ਲਈ ਪੂਰਾ ਫਨ ਕਰ।
बिल्कुल आ देखो तुसी स्कूल इन्हों का कितना वधिया इन्होंने सजाया होया ये फेस थ्री दे विच और क्या प्यारा आ प्रिंसिपल मैम का रूम है हुण मैनू ये नहीं पता चलो बैठे आप कर लिए इन्हां नाल गल मैं आई एम कमिंग मैम सत श्री अकाल मैडम ਤੁਹਾਡਾ ਸਕੂਲ ਦੇਖ ਕੇ ਆਏ ਹਾਂ ਤੁਹਾਡੇ ਬੱਚੇ ਦੀਆਂ ਐਕਟੀਵਿਟੀਜ਼ ਦੇਖ ਕੇ ਆਏ ਹਾਂ ਮੈਂ ਪਹਿਲਾਂ ਕਿਸੇ ਨੂੰ ਨਹੀਂ ਦੱਸਿਆ ਵੀ ਆਪਾਂ ਕਿਹੜੇ ਸਕੂਲ 'ਚ ਹਾਂ ਬਾਹਰ ਲੱਗੇ ਹੋਏ ਨੇ ਬੱਚੇ ਛੋਟੇ ਛੋਟੇ ਜਿਹੜੇ ਮੈਡਮ ਨੂੰ ਸਿਖਾ ਰਹੇ ਆ ਬੇਬੀ ਕਿੱਦਾਂ ਕਰਾਈ ਕਰਦਾ ਕਿੱਦਾਂ ਲਾਫ ਕਰਦਾ ਕਿੱਦਾਂ ਸਮਾਈਲ ਕਰਦਾ ਸਕੇਟਿੰਗ ਹੋ ਗਿਆ ਯੋਗਾ ਹੋ ਗਿਆ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਨੇ ਕਾਈਂਡਲੀ ਸਰ ਜਿੰਨੀਆਂ ਵੀ ਐਕਟੀਵਿਟੀਜ਼ ਹੈਗੀਆਂ ਨਾ ਸੀ ਇਫ ਯੂ ਡੋਨਟ ਮਾਈਂਡ ਪੱਖਾ ਬੰਦ ਕਰ ਦਈਏ ਰੀਜ਼ਨ ਇਜ਼ ਦਿਸ ਵੀ ਫਿਰ ਹਨਾ ਗੁੱਡ ਸਰ ਸਾਡਾ ਜਿਹੜਾ ਫੋਕਸ ਹੈਗਾ ਨਾ ਅਕੋਰਡਿੰਗ ਟੂ ਨੈਸ਼ਨਲ ਐਜੂਕੇਸ਼ਨ ਪਾਲਿਸੀ ਆਲਸੋ ਨਾ ਸਾਡਾ ਫੋਕਸ ਹੈਗਾ ਕਿ ਫਿਜ਼ੀਕਲ ਡਿਵੈਲਪਮੈਂਟ ਬੱਚੇ ਦੀ ਮੈਂਟਲ ਡਿਵੈਲਪਮੈਂਟ ਇਹਦੇ ਉੱਤੇ ਸਟ੍ਰੈਸ ਜ਼ਿਆਦਾ ਦਿੱਤਾ ਜਾਵੇ ਜੇ ਫਿਜ਼ੀਕਲੀ ਬੱਚਾ ਸਟਰੋਂਗ ਹੈਗਾ ਮੈਂਟਲੀ ਸਟਰੋਂਗ ਹੈਗਾ ਤਾਂ ਅਕੈਡਮਿਕਸ ਦੇ ਵਿੱਚ ਆਟੋਮੈਟਿਕਲੀ ਉਹ ਬੂਸਟ ਆਪਣਾ ਬੂਸਟਅਪ ਦਿਖਾਊਗਾ ਔਰ ਜਿਹੜਾ ਹੈਗਾ ਜਦੋਂ ਇੱਕ ਮਿੰਟ ਕੱਟ ਕੱਟ ਨਹੀਂ ਸਕਦਾ ਜੀ ਉਹਦੇ ਪਿੱਛੇ ਕਾਰਨ ਇਹ ਹੈ ਵੀ ਲਾਈਵ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਵੀ ਪਿਛਲੇ ਦਿਨ ਕੀ ਹੋਇਆ ਵੀ ਇਹਨਾਂ ਨੇ ਨਾ ਇੱਕ ਫੰਕਸ਼ਨ ਕੀਤਾ ਤੇ ਮੈਨੂੰ ਉਹਦੇ ਚ ਐਸ ਚੀਫ ਗੈਸਟ ਬੁਲਾ ਲਿਆ ਤੇ ਮੈਨੂੰ ਕਹਿੰਦੇ ਤੁਸੀਂ ਬੱਚਿਆਂ ਨੂੰ ਕੁਝ ਕਹੋਗੇ ਮੈਂ ਕਿਹਾ ਮੈਡਮ ਸਟੇਜ ਤੇ ਖੜ ਕੇ ਬਹੁਤ ਲੱਤਾਂ ਕੰਬਦੀ ਹੈ ਮੈਂ ਹੁਣ ਆ ਮੈਂ ਮਾਈਕ ਫੜਿਆ ਇਹ ਠੀਕ ਹੈ ਮੇਰਾ ਪ੍ਰੋਫੈਸ਼ਨ ਹੈ ਹਨਾ ਮੈਥੋਂ ਜਿੰਨੀ ਦੇਰ ਮਰਜ਼ੀ ਬੁਲਵਾ ਲਓ ਕੋਈ ਸਕ੍ਰਿਪਟ ਨਹੀਂ ਹੋਏਗੀ ਪਰ ਜਦੋਂ ਇਦਾਂ ਦਾ ਮਸਲਾ ਆ ਜਾਂਦਾ ਨਾ ਮੈਡਮ ਵਾਕਈ ਹੀ ਬੰਦਾ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਕਿਵੇਂ ਹੁੰਦਾ ਨਹੀਂ ਹੁੰਦਾ ਨਹੀਂ ਹੋ ਜਾਂਦਾ ਨੋ ਡਾਊਟ ਹੋ ਜਾਂਦਾ ਹੈਗਾ ਬਟ ਇਹ ਹੈਗਾ ਕਿ ਸਾਡਾ ਜਿਹੜਾ ਮੇਨ ਜਿਹੜਾ ਸਟ੍ਰੈਸ ਹੈਗਾ ਨਾ ਅਕੋਰਡਿੰਗ ਟੂ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਮੇਰਾ ਬੈਕਗਰਾਉਂਡ ਜਿਹੜਾ ਹੈਗਾ ਆਰਮੀ ਦੇ ਨਾਲ ਰਿਲੇਟਡ ਹੈਗਾ ਤੇ ਉਹਦੇ ਵਿੱਚ ਵੀ ਅਸੀਂ ਇਹੀ ਹੁੰਦਾ ਸੀਗਾ ਸਾਡਾ ਕਿ ਸਭ ਤੋਂ ਪਹਿਲੇ ਜਿਹੜਾ ਸੀਗਾ ਜਿੱਦਾਂ ਮਾਰਨਿੰਗ ਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਤੇ ਫੋਕਸ ਹੁੰਦਾ ਸੀਗਾ ਉਹਦੇ ਨਾਲ ਕੀ ਹੁੰਦੀ ਹੈ ਇੱਕ ਜਿਹੜੀ ਐਨਰਜੀ ਹੈਗੀ ਹੈ ਬੱਚੇ ਦੀ ਉਹ ਸਾਨੂੰ ਮਿਲ ਜਾਂਦੀ ਹੈਗੀ ਹੈ ਸੋ ਦੈਟ ਕਿ ਉਹ ਐਨਰਜੀ ਨੂੰ ਅਸੀਂ ਫਿਰ ਫਰਦਰ ਚੈਨਲਾਈਜ਼ ਕਰਦੇ ਹੈਗੇ ਆ ਜਿਸ ਤਰ੍ਹਾਂ ਵੀ ਅਸੀਂ ਕਰਨਾ ਹੈਗਾ ਕਿ ਅਸੀਂ ਅਕੈਡਮਿਕਸ ਦੇ ਵਿੱਚ ਲੈ ਕੇ ਜਾਣਾ ਬੱਚੇ ਨੂੰ ਪੜ੍ਹਾਈ ਲਿਖਾਈ ਜੋ ਵੀ ਹੈਗਾ ਫਾਈਨ ਮੋਟਰ ਸਕਿੱਲਸ ਦੇ ਵਿੱਚ ਜਿਸ ਤਰ੍ਹਾਂ ਵੀ ਉਹਦੀ ਡਿਵੈਲਪਮੈਂਟ ਨੂੰ ਫਿਰ ਅਸੀਂ ਅੱਗੇ ਅੱਛਾ ਇਹ ਸਕੂਲ ਜਿਹੜਾ ਤੁਹਾਡਾ ਕਿੰਨਵੀਂ ਤੱਕ ਸਰ ਦਿਸ ਇਜ਼ ਫਰੋਮ ਕਲਾਸ ਨਰਸਰੀ ਟੂ ਕਲਾਸ 5 ਕਲਾਸ 5 ਸੀਬੀਐਸਈ ਬੋਰਡ ਹੈ ਸਰ ਸੀਬੀਐਸਈ ਬੋਰਡ ਹਾਂਜੀ ਬਿਲਕੁਲ ਜੀ ਸੀਬੀਐਸਈ ਬੋਰਡ ਹੈ ਸੰਤ ਕਬੀਰ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਸਕੂਲ ਇਹਨਾਂ ਦਾ ਹੈਗਾ ਕਿਹੜਾ ਸੀਗਾ ਏਰੀਆ ਪ੍ਰਤਾਪ ਨਗਰ ਹਾਂ ਦੇਖਿਆ ਇੱਕ ਪ੍ਰਤਾਪ ਨਗਰ ਇੱਕ ਆ ਗਿਆ ਫੇਸ 3 ਦੇ ਵਿੱਚ ਇੱਕ ਇਹਨਾਂ ਦਾ ਵੱਡਾ ਸਕੂਲ ਹੈ ਉਹ ਜਿਹੜਾ ਆਦੇਸ਼ ਕਾਲਜ ਦੇ ਜਸਟ ਨਾਲ ਆਈ ਥਿੰਕ ਤਿੰਨ ਸਕੂਲ ਹੈ ਕਿ ਹੋਰ ਵੀ ਫਿਲਹਾਲ ਤਾਂ ਤਿੰਨ ਬ੍ਰਾਂਚਸ ਹੈਗੀਆਂ ਹਾਂਜੀ ਉਹ ਜਿਹੜਾ ਹੈਗਾ ਸਾਡਾ ਆਦੇਸ਼ ਦੇ ਨਾਲ ਜੁਆਇਨਿੰਗ ਹੈਗਾ ਦੈਟ ਇਜ਼ ਅਪ ਟੂ ਕਲਾਸ 12th ਸੀਨੀਅਰ ਸੈਕੰਡਰੀ ਸਕੂਲ ਹੈਗਾ ਜੀ ਬਿਲਕੁਲ ਦੇਖੋ ਮੇਰਾ ਮੇਰੇ ਹੀ ਮਕਸਦ ਸੀਗਾ ਕਿ ਉਹ ਆ ਦੇਖੋ ਪੂਰਾ ਮੈਡਮ ਨੇ ਧਿਆਨ ਵੀ ਰੱਖਿਆ ਹੋਇਆ ਕੈਮਰੇ ਲਵਾਏ ਹੋਏ ਨੇ ਕੋਈ ਵੀ ਕਿਸੇ ਵੀ ਟਾਈਪ ਦੀ ਕਿਤੇ ਵੀ ਕੋਈ ਐਕਟੀਵਿਟੀ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਤਾਂ ਉਹ ਪ੍ਰਿੰਸੀਪਲ ਮੈਮ ਜਿਹੜੀ ਆ ਉਹਦੇ ਤੇ ਪੂਰੀ ਨਿਗਾਹ ਰੱਖਦੇ ਨੇ ਔਰ ਸਭ ਤੋਂ ਵਧੀਆ ਗੱਲ ਉਹੀ ਫਿਰ ਕਿ ਯਾਰ ਇੱਥੇ ਨਾ ਸਫਾਈ ਉਹ ਬਹੁਤ ਧਿਆਨ ਦਿੱਤਾ ਗਿਆ ਮੈਨੂੰ ਲੱਗਿਆ ਵੀ ਹਾਂ ਯਾਰ ਵੈਲ ਕੀ ਕਹਿ ਦਈਏ ਕਿਹਨੂੰ ਕਹਿ ਸਕਦੇ ਤੁਸੀਂ ਪਤਾ ਨਹੀਂ ਆਪੇ ਸਮਝ ਜਿਓ ਪਰ ਗੱਲ ਇਹ ਵੀ ਆਹ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਖਿੜਕੀ ਬਣਾਈ ਹੋਈ ਹੈ ਹਨਾ ਬਾਕੀ ਹਾਂਜੀ ਪਲੀਜ਼ 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 ਇਹ ਸਮਾਰਟ ਕਲਾਸ ਜਿਹੜਾ ਜਿਹੜਾ ਵੀ ਫੋਕਸ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਥ ਸਾਇੰਸ ਸੋਸ਼ਲ ਸਾਇੰਸ ਅਸੀਂ ਜਿੰਨੀਆਂ ਵੀ ਐਕਟੀਵਿਟੀਜ਼ ਹੈਗੀਆਂ ਉਹਨਾਂ ਦੀਆਂ ਵੀ ਫੋਕਸ ਅਪੋਨ ਦਾ ਸਮਾਰਟ ਕਲਾਸ ਫਸਟ ਐਂਡ ਦੈਨ ਦੇ ਗੋ ਔਨ ਟੂ ਦਾ ਬੁੱਕ ਵੇਅਰ ਆਪਾਂ ਚੱਲਦੇ ਹਾਂ ਜੀ ਇੱਕ ਵਾਰੀ ਦਿਖਾ ਦਈਏ ਸਮਾਰਟ ਕਲਾਸਿਸ ਜਿਹੜੀਆਂ ਹੈਗੀਆਂ ਉਹ ਵੀ ਦਿਖਾ ਦਈਏ ਆਪਾਂ ਇੰਟਰਸਟ ਹੈਗਾ ਨਾ ਜਿੰਨੀ ਜਦ ਤੱਕ ਉਹ ਵਿਜੂਲਾਈਜੇਸ਼ਨ ਹੋ ਜਾਂਦੀ ਹੈ ਕਿਸੇ ਵੀ ਕਨਸੈਪਟ ਦੀ ਉਹਨਾਂ ਦੇ ਮਾਈਂਡ ਦੇ ਵਿੱਚ ਉਹ ਪ੍ਰੋਲੋਂਗ ਰਹਿੰਦਾ ਹੈਗਾ ਉਹ ਜਿੰਨੀ ਦੇਰ ਆਫਟਰ ਸਪੋਜ਼ 5 ਇਅਰ 6 ਇਅਰ ਦੈਨ ਆਲਸੋ ਦੇ ਵਿਲ ਬੀ ਏਬਲ ਟੂ ਮੈਮੋਰਾਈਜ਼ ਦੈਟ ਮੈਮੋਰਾਈਜ਼ ਬਿਲਕੁਲ ਕਿਉਂਕਿ ਕੀ ਬਾਤ ਗੁੱਡ ਵੈਰੀ ਗੁੱਡ ਮਾਰਨਿੰਗ ਹਾਊ ਆਰ ਯੂ ਇਹ ਮੈਡਮ ਜਿਹੜੀ ਕਲਾਸ ਦਿਖਾ ਰਹੇ ਸੀਗੇ ਆ ਦੇਖੋ ਮੈਡਮ ਕਾਈਂਡਲੀ ਥੋੜਾ ਜਿਹਾ ਦੱਸੋ ਕਨਸੈਪਟ ਹੈਗਾ ਇਹ ਆਲਰੇਡੀ ਬੱਚਿਆਂ ਨੂੰ ਜਿਸ ਤਰ੍ਹਾਂ ਕਰਵਾ ਚੁੱਕੇ ਹੈਗੇ ਆ ਉਸ ਤੋਂ ਬਾਅਦ ਇਹਨਾਂ ਦੇ ਟੈਸਟ ਵਗੈਰਾ ਵੀ ਹੋਏਗੇ ਬਟ ਪ੍ਰਿਓਰ ਇੰਟਰੋਡਕਸ਼ਨ ਆਫ ਦਾ ਕਨਸੈਪਟ ਐਂਡ ਆਫਟਰ ਦਾ ਕੰਪਲੀਸ਼ਨ ਆਫ ਦਾ ਕਨਸੈਪਟ ਬੋਥ ਟਾਈਮਸ ਬੋਥ ਵੇਜ਼ ਦੇ ਵਿਲ ਬੀ ਹੈਵਿੰਗ ਦਾ ਵਿਜੂਲਾਈਜੇਸ਼ਨ ਆਫ ਦਿਸ ਕਨਸੈਪਟ
कोई भी चीज जो विजुअलाइज करके दिखाने नो डाउट वो साढ़े दिमाग च बहुत जल्दी बैठ जाती है मेनु जो तो तक लगता हाँ जी हाँ जी सर हाँ जी और भी है हाँ जी क्लासेस और भी है नाउ आई विल बी शोइंग यू द मैनुअल कॉन्सेप्ट्स आल्सो प्लीज आ जाओ कंप्यूटराइज जिन्ने भी है अपने कॉन्सेप्ट्स उन जो मैनुअल और जी साड़ी दूसरी क्लासेस है वो भी जी प्लीज आप देख लीजिए सत श्री अकाल जी मैडम दिस इज आवर एलकेजी सर द लोअर केजी हाँ जी ये लोअर केजी है जी whatever we are covering here that is all activity based jinna bhi inna na written work hai gaya sara kuch we focus less upon the written work but more on the activities jinna bhi hai gaya eh activities sariyan karwa ke bachiyan nu har ek concept de naal chahe oh maths hai chahe oh english hai ya play activities hai gk general knowledge wagera sara kuch we are everything on board also everything in the activities also with art and craft and with dance music all sara kuch नैक्सट की आप भी देख लीए कोशिश ये भी मैं तुहानू वध तो वध इस स्कूल का दिखा दें भी कित्थे कित्थे की है ते दिस इज आवर स्टेज फॉर द स्टेज एक्टिविटीज जिन्नियां भी बच्चियां नू जिस तरह इंग्लिश और हिंदी जिहड़ा लिटरेचर कंसैप्ट हैगा हां जी नहीं हैगा नेट हैगा जिन्ना भी साडा लिटरेचर हैगा लिटरेचर दे नाल रिलेटेड जिहड़े भी कंसैप्ट आउगे उन्हां दी असीं स्टेज एक्टिविटीज भी करवाने हैं सो दैट जिहड़ा स्टेज फियर हुंदा हैगा बच्चियां दा उन्हूं रिडिफाई करन वास्ते साडियां स्टेज एक्टिविटीज हुंदियां जी बिल्कुल आपां इही देखिए सामने लाए जी प्रणाम शहीदां नूं निक्कियां जिंदा वड्डे साके इह है जी संत कबीर स्कूल आ जाओ आप चलते हैं जी क्या बात गुड मॉर्निंग सर जिस तरह सिट डाउन ऑल ऑफ यू जिस तरह सर हम जिस तरह इन्हों का सोशल साइंस का कंसेप्ट लॉन्गिट्यूड एंड लॉन्गिट्यूड फ्रॉम ज्योग्राफी तो ये भी बच्चों को एवरीथिंग वॉज शोन प्रैक्टिकली फॉर एग्जाम्पल जिस तरह लैटिट्यूड्स आर द इमेजिनरी लाइन विच गो ईस्ट टू वेस्ट एंड द लॉन्गिट्यूड्स आर द इमेजिनरी लाइन ऑन अ ग्लोब विच गोज नॉर्थ टू साउथ These are the latitude. आ देखो जी ये जा ना जिहड़ी सेंटर दे विच जा रही है ये है These lines are the latitudes and these lines are the longitudes. And important latitudes are? Important latitudes are Arctic Circle, Tropic of Cancer and Equator, Tropic of Capricorn and Antarctic Circle. Tell me what is the angle of equator? The angle of equator is 0 degree. And Arctic Circle? Arctic Circle's angle is 66.5 degree north. Okay. And why the Earth is inclined in which direction? What is the direction and angle for the inclination of the Earth? 23.5 degree. देखो ये गल्ला जड़ियाँ बच्चे ने कहीं हैं मेरे सर तो टप गया because reason is this कि बहुत देर हो गई पढ़ाई छड़े नूं that's why है ना फिर भी कुछ सीख के जाऊंगा और की कुछ ओके मैडम बड़ा हिंदी च भी पढ़ा रहे हैं लड़की पढ़ रही है करता कर्म क्रिया लड़की किताब पढ़ रही है अच्छा वधिया गल है भी कुड़ियां नूं जिहड़ा आपां कहिंदे हां ना कुड़ियां नूं पढ़ाउणा चाहीदा है ना बेटी पढ़ाओ बेटी बचाओ उहदे एक कहा गया सीगा फिर उही गल इह ना एक जिवें हुण मैथों भी बाई मिसटेक निकल गया सीगा बेटी पढ़ाओ बेटी बचाओ ते इहदे च मैथों फिर एक मिसटेक हो गई उहदे लई मैं माफी मंगदा कंटिन्यू नहीं सर साडे वास्ते तां देखो जिहड़ा जेंडर हैगा इक्वैलिटी ही है इक्वैलिटी ऑफ जेंडर इज देयर है ना ताही करके मैं तां इवन कि मैं तां गर्ल्स नूं ज्यादा प्रेफरेंस दिंदी हां कि कम फॉरवर्ड इन स्पोर्ट्स आल्सो इन एकेडमिक्स आल्सो और मैं ये भी नोटिस कीता है कि गर्ल्स आर मोर एफिशिएंट देन बॉयज चलो इहदे ते मैं नहीं कहना बाकी देखो इस कोई शक नहीं कुड़ियां मुंडियां नालों हमेशा आज का देख लो स्कूल जी इन्हां दा क्लास आज ते स्टेज बनया होया
ऑडिटोरियम ਇਹਦੇ ਵਿੱਚ ਬੱਚੇ ਜਿਸ ਤਰ੍ਹਾਂ ਆਪਣੀ ਕਲਾਸ ਅਟੈਂਡ ਕਰਨ ਤੋਂ ਬਾਅਦ ਵਟ ਐਵਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਿਸ ਤਰ੍ਹਾਂ ਕਲਾਸ ਪਲੇਸ ਹੁੰਦੇ ਹੈਗੇ ਆ ਜਿਹੜਾ ਵੀ ਇਹਨਾਂ ਦੇ ਬੁੱਕਵੇਅਰ ਦੇ ਵਿੱਚ ਪਲੇਸ ਹੈਗੇ ਆ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਉਹ ਜਿੰਨੀ ਵੀ ਇਹਨਾਂ ਦੀ ਪ੍ਰੈਕਟਿਸ ਹੈਗੀ ਹੈ ਠੀਕ ਹੈ ਬੁੱਕ ਦੇ ਨਾਲ ਉਹਦੇ ਡੂ ਪ੍ਰੈਕਟਿਸ ਹੇਅਰ ਔਨ ਦਾ ਸਟੇਜ ਆਲਸੋ ਜਿਹੜਾ ਵੀ ਸਾਡਾ ਰੋਲ ਪਲੇਸ ਹੁੰਦੇ ਹੈਗੇ ਆ ਰੋਲ ਪਲੇਸ ਜਿਸ ਤਰ੍ਹਾਂ ਹੁਣ ਬੁੱਕ ਦੇ ਵਿੱਚ ਆਪਾਂ ਪੜ੍ਹ ਲਿਆ ਦੈਨ ਦੇ ਵਿਲ ਪ੍ਰੈਕਟਿਸ ਹੇਅਰ ਜੋ ਵੀ ਹੈ ਪ੍ਰੈਜੈਂਟੇਸ਼ਨ ਫਾਰ ਪ੍ਰੈਜੈਂਟੇਸ਼ਨ ਔਰ ਬਾਕੀ ਸਾਰੀ ਚੀਜ਼ੋਂ ਕੇ ਲਈ with the props and chart papers we have to display over here according to the oh. Sir, we have the facility of this hot case also winters de vich jehda hega hot case de vich khana rakhwaya janda hega bachiyan nu matlab bachiyan nu garam khana ditta janda hega the complete winters sardiyan de vich ha na obvious hai khana thanda ho janda te fir onu garam karan de layi baki ek vari aapa itthon nega mari ji school nu sare nu aa dekho tusi संत कबीर स्कूल है जिहड़ा मॉडल टाउन फेज 3 दे विच है उत्थे दिखाया उत्थे बच्चे जिहड़े ने एक्टिविटी करदे ने उन्हां दा इस वाले ਪਾਸੇ ਵੀ ਧਿਆਨ ਦਿੱਤਾ ਜਾਂਦਾ ਬਾਕੀ ਸਕੂਲ ਦਾ ਇਨਫਰਾ ਤੁਸੀਂ ਦੇਖ ਲਿਆ ਮੈਡਮ ਨੇ ਤੁਹਾਨੂੰ ਸਾਰੀ ਜਾਣਕਾਰੀ ਦੇਤੀ ਤੇ ਮੇਰਾ ਕੰਮ ਵੀ ਇਹ ਹੁੰਦਾ ਵੀ ਚਲੋ ਸਾਡੇ ਸ਼ਹਿਰ ਚ ਪਤਾ ਹੁੰਦਾ ਲੋਕਾਂ ਨੂੰ ਪਰ ਕਈ ਵਾਰੀ ਹੁੰਦਾ ਨਾ ਵੀ ਉਹਨੂੰ ਤੁਸੀਂ ਐਂ ਕਹ ਲਓ ਵੀ ਰੀਕਾਲ ਕਰਨਾ ਹੁੰਦਾ ਦਿਮਾਗ ਫਿਰ ਦੁਬਾਰਾ ਬਿਠਾਣੀ ਹੁੰਦੀ ਵੀ ਅੱਛਾ ਹਾਂ ਯਾਰ ਆ ਸਕੂਲ ਯਾਰ ਇਸ ਕਰਕੇ ਮੈਡਮ ਤੁਹਾਡਾ ਸਕੂਲ ਦੇਖ ਬੱਚੇ ਦੇ ਉੱਤੇ ਪਰਸਨਲ ਫੋਕਸ ਕੀਤਾ ਜਾਂਦਾ ਹੈਗਾ ਜਿਹੜੀ ਕਲਾਸ ਟੀਚਰ ਹੈਗੀ ਹੈ ਸ਼ੀ ਇਜ਼ ਅਵੇਅਰ ਆਫ ਈਚ ਐਂਡ ਐਵਰੀ ਚਾਈਲਡ ਦ ਬਿਹੇਵੀਅਰ ਆਫ ਦ ਚਾਈਲਡ ਦ ਵੀਕਨੈਸ ਆਫ ਦ ਚਾਈਲਡ ਦ ਸਟਰੈਂਥ ਆਫ ਦ ਚਾਈਲਡ ਜਿਹੜਾ ਵੀ ਏਰੀਆ ਹੈਗਾ ਜੇ ਵੀਕ ਹੈਗਾ ਬੱਚਾ ਕਿਸੇ ਵੀ ਏਰੀਆ ਦੇ ਵਿੱਚ ਦ ਟੀਚਰ ਹੈਜ਼ ਟੂ ਫੋਕਸ ਅਪਨ ਦੈਟ ਏਰੀਆ ਈਵਨ ਕਿ ਐਕਸਟਰਾ ਕਲਾਸਿਸ ਵੀ ਲਗਾਈਆਂ ਜਾਂਦੀਆਂ ਨਾਓ ਵਿਲ ਬੀ ਕੰਡਕਟਿੰਗ ਦ ਸਮਰ ਕੈਂਪ ਆਲਸੋ ਇਨ ਦੈਟ ਆਲਸੋ ਵਿਲ ਬੀ ਕਵਰਿੰਗ ਦ ਫਿਜ਼ੀਕਲ ਐਂਡ ਦ ਯੂ ਨੋ ਦ ਮੈਂਟਲ ਐਕਟੀਵਿਟੀਜ਼ ਟੂ ਗਰੂਮ ਦ ਪਰਸਨੈਲਿਟੀ ਆਫ ਦ ਚਾਈਲਡ ਐਂਡ ਜਿਹੜੀਆਂ ਫਿਜ਼ੀਕਲ ਐਕਟੀਵਿਟੀਜ਼ ਹੋ ਰਹੀਆਂ ਆਊਟਡੋਰ ਐਕਟੀਵਿਟੀਜ਼ ਜਿਸ ਤਰ੍ਹਾਂ ਪਲੇ ਐਕਟੀਵਿਟੀਜ਼ ਆ ਉਹ ਤਾਂ ਹੋਊਗੀਆਂ ਹੀ ਹੋਗੀਆਂ ਉਹਦੇ ਨਾਲ ਨਾਲ ਆਰਟ ਐਂਡ ਕਰਾਫਟ ਦੀਆਂ ਐਕਟੀਵਿਟੀਜ਼ ਡਾਂਸ ਫਾਰਮਸ ਡਿਫਰੈਂਟ ਟਾਈਪਸ ਆਫ ਡਾਂਸ ਫਾਰਮਸ ਵਿਲ ਬੀ ਦੇਅਰ ਐਂਡ ਦੈਨ ਸਪੋਕਨ ਸਕਿੱਲਸ ਦੇ ਉੱਤੇ ਫੋਕਸ ਕੀਤਾ ਜਾਊਗਾ ਸੋ ਟੂ ਜਨਰੇਟ ਦ ਓਵਰਆਲ ਪਰਸਨੈਲਿਟੀ ਆਫ ਦ ਚਾਈਲਡ ਦ ਹੋਲਿਸਟਿਕ ਡਿਵੈਲਪਮੈਂਟ ਆਫ ਦ ਚਾਈਲਡ ਬਿਲਕੁਲ ਮੇਨ ਇਸ਼ੂ ਮਤਲਬ ਏਜੰਡਾ ਆਫ ਦ ਪ੍ਰੋਗਰਾਮ ਆਫ ਆਰ ਸਕੂਲ ਬੱਚੇ ਦੀ ਟੋਟਲ ਆਪਾਂ ਕਹਿ ਲਈਏ ਡਿਵੈਲਪਮੈਂਟ ਦੇ ਲਈ ਇੱਥੇ ਪੂਰਾ ਜਿਹੜਾ ਧਿਆਨ ਦਿੱਤਾ ਜਾਂਦਾ ਮੈਂ ਤੁਹਾਨੂੰ ਉਹੀ ਦੱਸਦਾ ਫਿਰ ਇੱਕ ਵਾਰੀ ਕਿ ਮੇਰਾ ਕੰਮ ਕੀ ਹੁੰਦਾ ਕਿ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਵਾਰੀ ਦਿਖਾ ਦਿੰਦਾ ਹੁਣ ਆਪਾਂ ਨੂੰ ਫਿਰ ਜ਼ਿਹਨ ਦੇ ਵਿੱਚ ਵੜ ਜਾਂਦੀ ਹਾਂ ਯਾਰ ਆਹ ਠੀਕ ਹੈ ਹਨਾ ਇਸ ਕਰਕੇ ਅੱਜ ਆਪਾਂ ਸੰਤ ਕਬੀਰ ਸਕੂਲ 'ਚ ਆਏ ਸਾਰਾ ਕੁਝ ਦੇਖਿਆ ਮੈਡਮ ਹੋਰਾਂ ਨਾਲ ਗੱਲਬਾਤ ਕੀਤੀ ਬੱਚਿਆਂ ਦੇ ਬਾਰੇ ਦੇਖਿਆ ਤੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ